ਪੰਜਾਬੀ ਖਬਰਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼ਕਲ ਆਦੀਆਂ ਵੱਡੀਆਂ ਖਬਰਾਂ ਅੱਜ ਹੋਵੇਗਾ ਵਿਧਾਨ ਸਭਾ ਦਾ ਸੈਸ਼ਨ ਸੈਸ਼ਨ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਦਾ ਵੱਡਾ ਬਿਆਨ ਆਇਆ ਸਾਹਮਣੇ ਪੰਜਾਬ ਸਰਕਾਰ ਨੇ ਗੁਰਪੁਰਪ ਤੋਂ ਸ਼ੁਰੂ ਕੀਤੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ 50 ਹਜ਼ਾਰ ਲੋਕਾਂ ਨੂੰ ਹੋਵੇਗਾ ਫਾਇਦਾ ਪ੍ਰਤਾਪਵਾਜਬਾ ਦੇ ਨਿਸ਼ਾਨੇ ਉੱਤੇ ਆਏ ਸੀਐਮ ਭਗਵੰਤ ਮਾਨ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਸਰਕਾਰ ਤੇ ਸਾਦੇ ਵੱਡੇ ਨਿਸ਼ਾਨੇ ਅਰਵਿੰਦ ਕੇਜਰੀਵਾਲ ਪਹੁੰਚੇ ਧੂਰੀ ਸੀਐਮ ਭਗਵੰਤ ਮਾਨ ਜਨਤਕ ਮੀਟਿੰਗ ਮੁੱਖ ਮੰਤਰੀ ਤੀਰਥ ਯਾਤਰਾ ਤੇ ਕਾਰਕਾਰ ਆਟਾ ਦਾਲ ਸਕੀਮ ਦਾ ਵੀ ਕੀਤਾ ਉਦਘਾਟਨ ਪੰਜਾਬ ਵਿਧਾਨ ਸਭਾ ਦਾ ਸੈਸ਼ਨ 28 ਨਵੰਬਰ ਯਾਨੀ ਅੱਜ ਸ਼ੁਰੂ ਹੋ ਜਾਵੇਗਾ ਵਿਧਾਨ ਸਭਾ ਦੇ ਸੈਸ਼ਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਬਿਆਨ ਸਾਹਮਣੇ ਆਇਆ ਹੈ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਦਿਨੀ ਸਾਨੂੰ ਸਾਡੀਆਂ ਸੰਵਿਧਾਨਿਕ ਜ਼ਿੰਮੇਵਾਰੀਆਂ ਨਿਭਾਉਣ 'ਚ ਮੁਸ਼ਕਲਾਂ ਆਈਆਂ ਜਿਸ ਕਰਕੇ ਸਾਨੂੰ ਮਾਨਯੋਗ ਸੁਪਰੀਮ ਕੋਰਟ ਵਿੱਚ ਜਾਣਾ ਪਿਆ ਮਾਨਯੋਗ ਸੁਪਰੀਮ ਕੋਰਟ ਨੇ ਫੈਸਲਾ ਸਾਡੇ ਹੱਕ ਵਿੱਚ ਸੁਣਾਇਆ ਤੇ ਕਿਹਾ ਕਿ ਲੋਕਾਂ ਵੱਲੋਂ ਚੁਣੇ ਨੁਮਾਇੰਦੇ ਹੀ ਫੈਸਲਾ ਲੈਣਗੇ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਊਗਾ ਬਹੁਤ ਸਾਰੇ ਬਿੱਲ ਤੁਹਾਡੇ ਹੱਕ ਦੇ ਲਿਆਂਦੇ ਜਾਣਗੇ ਬਿਜਲੀ ਦੇ ਬਿੱਲ ਤਾਂ ਤੁਹਾਨੂੰ ਪਤਾ ਹੀ ਹੈ ਬਿਜਲੀ ਦੇ ਬਿੱਲ ਤਾਂ ਜ਼ੀਰੋ ਆਉਣ ਲੱਗ ਗਏ ਤੀਰਥ ਯਾਤਰਾ ਸ਼ੁਰੂ ਹੋ ਗਈ ਆਮ ਆਦੀ ਕਲੀਨਿਕ ਬਣ ਰਹੇ ਨੇ 664 ਬਣ ਗਏ 100 ਹੋਰ ਤਿਆਰ ਹੈ ਹੁਣ ਬਣੇ ਜਾਣਗੇ ਇਦਾਂ ਬਣੇ ਜਾਣਗੇ ਨਾਲ ਨਹਿਰਾਂ ਦੇ ਪਾਣੀ ਜਿਹੜਾ ਨਹਿਰਾਂ ਦਾ ਪਾਣੀ ਤੁਹਾਡੇ ਖੇਤਾਂ ਤੱਕ ਅੰਡਰਗਰਾਉਂਡ ਪਾਈਪਾਂ ਪਾ ਕੇ ਉੱਥੇ ਆ ਕੇ ਤੁਹਾਡੇ ਮੋਗੇ ਖੁੱਲਣ ਜਿਹੜੇ ਉਹ ਪਾਣੀ ਵੀ ਇੱਥੇ ਆਊਗਾ ਹਰ ਰੋਜ਼ ਪਾਈਪਾਂ ਪੈ ਰਹੀਆਂ ਨੇ ਅਸੀਂ ਨਹਿਰਾਂ ਨੂੰ ਵਰਤਾਂਗੇ ਅਸੀਂ ਅੱਜ ਗੁਰੂ ਨਾਨਕ ਸਾਹਿਬ ਦੇ ਅੱਜ ਪ੍ਰਕਾਸ਼ ਪੁਰਬ ਤੇ ਉਹਨਾਂ ਦੁਆਰਾ ਰਚੀ ਹੋਈ ਬਾਣੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ ਤਿੰਨੇ ਦਰਜੇ ਬਚਾਉਣੇ ਆ ਹਵਾ ਦਾ ਦਰਜਾ ਪਾਣੀ ਦਾ ਦਰਜਾ ਤੇ ਧਰਤੀ ਦਾ ਦਰਜਾ ਇਹ ਦਰਜੇ ਬਚਾਉਣੇ ਆ ਗੁਰਪੁਰੂ ਵਾਲੇ ਦਿਨ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸ਼ੁਰੂ ਕਰ ਦਿੱਤੀ ਗਈ ਹੈ ਵੱਡੀ ਗੱਲ ਇਹ ਹੈ ਕਿ ਜਦੋਂ ਸ਼ਰਧਾਲੂ ਕਿਸੇ ਵੀ ਧਾਰਮਿਕ ਸਥਾਨ ਤੇ ਪਹੁੰਚਣਗੇ ਤਾਂ ਉਹਨਾਂ ਦਾ ਗਾਈਡ ਉਨ੍ਹਾਂ ਦੀ ਭਾਸ਼ਾ ਵਿੱਚ ਵਿਸਥਾਰਪੂਰਵਕ ਜਾਣਕਾਰੀ ਦੇਣ ਦੇ ਇਸ ਤੋਂ ਇਲਾਵਾ ਯਾਤਰਾ ਨੂੰ ਸਫਲ ਬਣਾਉਣ ਲਈ ਅਧਿਕਾਰੀਆਂ ਦੀ ਡਿਊਟੀ ਵੀ ਲਗਾਈ ਗਈ ਹੈ। ਯੋਜਨਾ ਤਹਿਤ ਪਹਿਲੀ ਰੇਲ ਗੱਡੀ ਅੰਮ੍ਰਿਤਸਰ ਤੋਂ ਨਾਦੇੜ ਸਾਹਿਬ ਲਈ ਰਵਾਨਾ ਕੀਤੀ ਗਈ। ਇਹ ਯਾਤਰਾ ਪੰਜਾਬ ਸਰਕਾਰ ਵੱਲੋਂ ਬਿਲਕੁਲ ਮੁਫਤ ਕਰਵਾਈ ਜਾ ਰਹੀ ਹੈ। ਇਸ ਯਾਤਰਾ ਦਾ 50 ਹਜ਼ਾਰ ਤੋਂ ਵੱਧ ਲੋਕਾਂ ਨੂੰ ਲਾਭ ਹੋਵੇਗਾ। ਯਾਤਰੀਆਂ ਲਈ ਖਾਣ-ਪੀਣ ਦਾ ਵੀ ਪ੍ਰਬੰਧ ਹੋਵੇਗਾ। 10 ਦੇ ਕੀ 6 ਨਵੰਬਰ ਨੂੰ ਹੋਈ ਪੰਜਾਬ ਕਮੇਟ ਦੀ ਬੈਠਕ ਵਿੱਚ ਮੁੱਖ ਮੰਤਰੀ ਤੀਰਥ ਯਾਤਰਾ ਨੂੰ ਮਨਜ਼ੂਰੀ ਦਿੱਤੀ ਗਈ ਸੀ। ਨਾਲ ਹੀ ਯਾਤਰਾ ਦੇ ਪ੍ਰੋਗਰਾਮ ਨੂੰ ਅੱਗੇ ਲਿਜਾਣ ਲਈ ਕਮੇਟੀ ਦਾ ਗਠਨ ਵੀ ਕੀਤਾ ਗਿਆ ਸੀ। ਤੁਹਾਡੇ ਨਾਲ ਤੁਹਾਡੇ ਬੱਚੇ ਜਾਣਾ ਚਾਹੁੰਦੇ ਨੇ ਜਾਓ ਇੱਕ ਟ੍ਰੇਨ 'ਚ ਨਹੀਂ ਬੱਸ ਦਾ ਮੌਕਾ ਮਿਲੇ ਅਗਲੀ ਚੱਲ ਜਿਓ ਸੇ ਉੱਥੇ ਜਾ ਕੇ ਰਹਿਣਾ ਉੱਥੇ ਰਹਿਣ ਦਾ ਵੀ ਬਹੁਤ ਵਧੀਆ ਪ੍ਰਬੰਧ ਆ ਹੁਣ ਜਿਹੜੀ ਟ੍ਰੇਨ ਜਾਊਗੀ ਉੱਥੇ ਬੱਸਾਂ ਦਾ ਪ੍ਰਬੰਧ ਹੈ ਉੱਥੇ ਸ਼ਾਨਦਾਰ ਬੱਸਾਂ ਜਿਹੜੀਆਂ ਨੇ ਉਹ ਤੁਹਾਨੂੰ ਸਾਰੇ ਗੁਰੂ ਗੁਰੂਕਾਰ ਸਾਹਿਬ ਦੇਖਾਉਣ ਗਿਆ ਹਜ਼ੂਰ ਸਾਹਿਬ ਦੇ ਜਿੰਨੇ ਵੀ ਬਾਹਰ ਜਾ ਕੇ ਥੋੜੇ ਜੇ ਸ਼ਹਿਰ ਤੋਂ ਬਾਹਰ ਜਾ ਕੇ ਵੀ ਗੁਰਦੁਆਰਾ ਸਾਹਿਬ ਨੇ ਉਹ ਸਾਰਿਆਂ ਦੇ ਦਰਸ਼ਨ ਕਰਾਉਣ ਗਿਆ ਤੇ ਤੁਹਾਨੂੰ ਰਹਿਣ ਵਾਸਤੇ ਵੀ ਬਹੁਤ ਸ਼ਾਨਦਾਰ ਹੋਟਲ ਉੱਤੇ ਕਿ ਬੁੱਕ ਕੀਤੇ ਜਾਣਗੇ ਕਮਰੇ ਬੁੱਕ ਕੀਤੇ ਜਾਣਗੇ ਤੇ ਤਾਂ ਕਿ ਤੁਹਾਨੂੰ ਇਹ ਲੱਗੇ ਕਿ ਹਾਂ ਪ੍ਰਮਾਤਮਾ ਨੇ ਇੱਕ ਮੌਕਾ ਦਿੱਤਾ ਦਰਸ਼ਨ ਕਰਨ ਦਾ ਤਾਂ ਉਹ ਤੁਸੀਂ ਉਹ ਮੌਕਾ ਜਿਹੜਾ ਉਹ ਤੁਹਾਡੇ ਹਿੱਸੇ ਆਵੇ ਸਾਡੀ ਵੀ ਇਹੀ ਮਨਸ਼ਾ ਹੈ ਸਾਡੀ ਵੀ ਇਹੀ ਮਨਸ਼ਾ ਹੈ ਕਿ ਕਿਉਂਕਿ ਪੰਜਾਬੀ ਆ ਸਾਡੀਆਂ ਬਹੁਤ ਸਾਰੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਔਰ ਅਸੀਂ ਇਕੱਠੇ ਰਹਨੇ ਆ ਅਸੀਂ ਬਹੁਤ ਸਾਰੇ ਧਰਮ ਜਿਹੜੇ ਪੰਜਾਬ ਦੇ ਵਿੱਚ ਨੇ ਅਸੀਂ ਇੱਕ ਦੂਜੇ ਦੇ ਤਿਹਾਰ ਮਨਾਉਂਦੇ ਆਂ ਵਿਰੋਧੀ ਧਿਰ ਅਤੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਬਾ ਨੇ ਪ੍ਰੈਸ ਕਾਨਫਰੰਸ ਕਰਦੇ ਹਾਂ ਮਾਨ ਸਰਕਾਰ ਨੂੰ ਕਈ ਮੁੱਦਿਆਂ ਤੇ ਘੇਰਿਆ ਉਹਨਾਂ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਕਿਸੇ ਵੀ ਸਮਾਜਿਕ ਪ੍ਰੋਗਰਾਮ ਵਿੱਚ ਆਪਣੇ ਨਾਲ 200 ਤੋਂ ਵੱਧ ਪੁਲਿਸ ਮੁਲਾਜ਼ਮ ਲੈ ਕੇ ਜਾਂਦੇ ਹਨ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਬਾਜਬਾ ਨੇ ਕਿਹਾ ਕਿ ਪੰਜਾਬ ਵਿੱਚ ਮੌਜੂਦਾ ਅਤੇ ਪਿਛਲੀ ਸਰਕਾਰ ਹਾਈ ਕੋਰਟ ਦੇ ਚੀਫ ਜਸਟਿਸ ਨਿਰਪੱਖ ਜਾਂਚ ਕਰਵਾਏ ਕਿ ਪੰਜਾਬ ਨੂੰ ਕੌਣ ਲੁੱਟ ਰਿਹਾ ਹੈ ਪ੍ਰਤਾਪ ਬਾਜਬਾ ਨੇ ਮਿਦਾਨ ਸਭਾ ਸੈਸ਼ਨ ਤੋਂ ਪਹਿਲਾਂ ਪ੍ਰਤਾਪ ਬਾਜਬਾ ਨੇ ਮਾਨ ਸਰਕਾਰ ਉੱਤੇ ਵੱਡੇ ਨਿਸ਼ਾਨੇ ਸਾਦੇ ਹਨ ਆਨਰੇਬਲ ਸਪੀਕਰ ਨੂੰ ਬਹੁਤ ਵਾਰ ਕਹਿ ਚੁੱਕੇ ਹਾਂ ਈਵਨ ਕਚੇਰੀ ਦਾ ਦਰਵਾਜ਼ਾ ਵੀ ਹਾਈ ਕੋਰਟ ਦਾ ਸੀ ਖਟਕਟਾਇਆ ਕਿ ਜਿਹੜੀ ਪਾਰਦਰਸ਼ਤਾ ਹੈ ਅੰਦਰ ਹਾਊਸ ਦੇ ਵਿੱਚ ਕੈਮਰਾਜ਼ ਦੀ ਉਹਨਾਂ ਨੂੰ ਬਕਾਇਦਾ ਤੌਰ ਹਰ ਆਪੋਜੀਸ਼ਨ ਤੇ ਪਾਰਟੀ ਜਿਹੜੀ ਰੂਲਿੰਗ ਪਾਰਟੀ ਉਹਦਾ ਜਿਹੜਾ ਵੀ ਮੈਂਬਰ ਬੋਲ ਰਿਹਾ ਭਾਵੇਂ ਮਿਨਿਸਟਰ ਦੇ ਭਾਵੇਂ ਮੁੱਖ ਮੰਤਰੀ ਹੈ ਭਾਵੇਂ ਆਪੋਜੀਸ਼ਨ ਦੇ ਮੈਂਬਰਸ ਨੇ ਉਹਨਾਂ ਤੇ ਬਕਾਇਦਾ ਤੌਰ ਸਾਰਿਆਂ ਨੂੰ ਇੱਕ ਨੇਚਰਲ ਟਾਈਮ ਮਿਲਣਾ ਚਾਹੀਦਾ ਸੋ ਥੈਟ ਲੋਕ ਪੰਜਾਬ ਦੇ ਬਾਹਰ ਅੰਦਾਜ਼ਾ ਲਾ ਸਕਣ ਕਿ ਕਿਸ ਮੈਂਬਰ ਨੇ ਸਾਡੇ ਨੇ ਜਾਂ ਕਿਸ ਪੋਲੀਟੀਕਲ ਜਮਾਤ ਨੇ ਸਾਡੇ ਇਸ਼ੂਜ਼ ਜਿਹੜੇ ਨੇ ਬਖੂਬੀ ਅੰਦਰ ਵਿਧਾਨ ਸਭਾ ਚ ਚੁੱਕੇ ਮੈਂ ਡਿਮਾਂਡ ਕੀਤੀ ਹੈ ਚੰਦ ਦਿਨ ਪਹਿਲੇ ਮੈਂ ਸਪੀਕਰ ਸਾਹਿਬ ਨੂੰ ਚਿੱਠੀ ਲਿਖੀ ਸੀ ਉਸ ਚਿੱਠੀ ਦੇ ਵਿੱਚ ਮੈਂ 10 ਸਿਟਿੰਗਸ ਮਿਨਿਮਮ ਮੰਗੀਆਂ ਕਿ ਘਰ ਤੋਂ ਘਰ ਸਾਨੂੰ 10 ਸਿਟਿੰਗਸ ਦਿਓ 10 ਸ ਵੱਡੇ ਮਿਨਿਮਮ 10 ਵੱਡੇ ਮਸਲੇ ਨੇ ਜਿਹੜੇ ਮੈਂ ਤੁਹਾਨੂੰ ਹੌਲੀ ਜੀ ਕਰਕੇ ਗਦਾਨਾ ਜਿਨ੍ਹਾਂ ਦੇ ਉੱਤੇ ਡਿਸਕਸ਼ਨ ਦੀ ਬਹੁਤ ਭਾਰੀ ਲੋੜ ਸਾਰਾਂ ਨੂੰ ਪਹਿਲੇ ਤੇ ਅੱਜ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ ਆਲਮੋਸਟ ਮੈਜੋਰਿਟੀ ਜਥੇਬੰਦੀਆਂ ਇਕੱਠੀਆਂ ਹੋ ਕੇ ਫਿਰ ਚੰਡੀਗੜ੍ਹ ਤੇ ਬਾਰਡਰ ਤੇ ਆ ਕੇ ਬੈਠ ਗੀਆਂ ਨੇ ਮੈਂ ਆਪਣੀ ਪਾਰਟੀ ਇੰਡੀਅਨ نیشنل ਕਾਂਗਰਸ ਵੱਲੋਂ ਬਕਾਇਦਾ ਤੌਰ 'ਤੇ ਉਹਨਾਂ ਦੀ ਡਿਮਾਂਡਸ ਦਾ ਅਸੀਂ ਸਮਰਥਨ ਕਰ ਪਹਿਲੇ ਵੀ ਕਰਦੇ ਆਏ ਆ ਹੁਣ ਵੀ ਕਰਾਂਗੇ ਕਿ ਕਿਸਾਨਾਂ ਦੀ ਤੇ ਖੇਸ ਮਜ਼ਦੂਰਾਂ ਦੀ ਜਿਹੜੀ ਡਿਮਾਂਡਸ ਹੈ ਨੇ ਗਵਰਨਮੈਂਟ ਆਫ ਇੰਡੀਆ ਤੋਂ ਉਹ ਬਿਲਕੁਲ ਜੈਨੂਨ ਨੇ 2 ਸਾਲ ਪਹਿਲੇ ਜਦੋਂ ਇਹ ਬਿੱਲ ਪ੍ਰਾਈਮ ਮਿੰਿਸਟਰ ਨਰਿੰਦਰ ਮੋਦੀ ਨੇ ਵਾਪਸ ਲਏ ਸੀ ਇੱਕ ਬਹੁਤ ਵੱਡਾ ਸਟਰਗਲ ਹਿੰਦੁਸਤਾਨ ਚ ਹੋਇਆ ਸੀ ਦਿੱਲੀ ਦੇ ਬਾਰਡਰਾਂ ਉੱਤੇ ਜਿਹਦੇ ਵਿੱਚ ਵਿਸ਼ੇਸ਼ ਰੋਲ ਪੰਜਾਬ ਦੀ ਕਿਸਾਨੀ ਦਾ ਤੇ ਖੇਤ ਮਜ਼ਦੂਰਾਂ ਦਾ ਸੀ ਹਰਿਆਣੇ ਦਾ ਨਮਾਇਆ ਰੋਲ ਸੀ ਰਾਜਸਥਾਨ ਦੇ ਕਿਸਾਨ ਤੇ ਯੂਪੀ ਦੇ ਕਿਸਾਨਾਂ ਨੇ ਰੋਲ ਕੀਤਾ ਦਿੱਲੀ ਦੇ ਬਾਰਡਰ ਤੇ ਰਹਿਣ ਵਾਲੇ ਪਿੰਡਾਂ ਦੇ ਕਿਸਾਨਾਂ ਨੇ ਰੋਲ ਕੀਤਾ ਇੱਕ ਵੱਡੀ ਕਾਮਯਾਬੀ ਮਿਲੀ ਤੇ ਮੈਨੂੰ ਮਾਨ ਹੈ ਕਿ ਸਾਡੀ ਪਾਰਟੀ ਨੇ ਬਹੁਤ ਵੱਡਾ ਰੋਲ ਉਸ ਮੂਵਮੈਂਟ 'ਚ ਕਿਸਾਨਾਂ ਦੇ ਤੇ ਖੇਸ ਮਜ਼ਦੂਰਾਂ ਦੇ ਹੱਥ 'ਚ ਕੀਤਾ ਸੀ ਆਮ ਆਦੀ ਪਾਰਟੀ ਦੇ ਕਰਮਵੀਨ ਅਰਵਿੰਦ ਕੇਜੀਵਾਲ ਇੱਕ ਵਾਰ ਫਿਰ ਪੰਜਾਬ ਦੌਰੇ ਤੇ ਪਹੁੰਚੇ ਜਿੱਥੇ ਉਹ ਧੂਰੇ ਵਿੱਚ ਇੱਕ ਜਨਤਕ ਮੀਟਿੰਗ ਵਿੱਚ ਪਹੁੰਚੇ ਸੀਮ ਭਗਵੰਤ ਮਾਨ ਵੀ ਉਹਨਾਂ ਦੇ ਨਾਲ ਰਹੇ ਅਰਵਿੰਦ ਕੇਜੀਵਾਲ ਦੇ ਨਾਲ ਸੀਐਮ ਭਗਵੰਤ ਮਾਨ ਨੇ ਸਭ ਤੋਂ ਪਹਿਲਾਂ ਸਟੇਜ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਅਤੇ ਘਰ-ਘਰ ਆਟਾ ਦਾਲ ਸਕੀਮ ਦੀ ਸ਼ੁਰੂਆਤ ਕੀਤੀ ਅੱਜ ਨਾਲ ਦੀ ਨਾਲ ਇੱਕ ਹੋਰ ਸਕੀਮ ਸ਼ੁਰੂ ਹੋ ਰਹੀ ਹੈ ਆਟਾ ਦਾਲ ਸਕੀਮ ਉਹ ਵੀ ਘਰ-ਘਰ ਜਾ ਕੇ ਉਹ ਵੀ ਤੁਹਾਨੂੰ ਫੋਨ ਕਰਕੇ ਪੁੱਛ ਕੇ ਕੋਈ ਬੰਦਾ ਦਿਹਾੜੀ ਤੇ ਗਿਆ ਹੋਇਆ ਹੈ ਉਧਰੋਂ ਆਟਾ ਦਾਲ ਵਾਲੀ ਗੱਡੀ ਲੰਘੀ ਉਹ ਫਿਰ ਕਿੱਥੋਂ ਲੱਭੂਗਾ ਅਸੀਂ ਪੁੱਛਾਂਗੇ ਕਿ ਜੀ ਕਿੰਨੇ ਵਜੇ ਆਈਏ ਘਰੇ ਜੇ ਤੁਸੀਂ ਕਹੋਗੇ ਜੀ 6 ਵਜੇ ਦਿਹਾੜੀ ਤੋਂ ਆਉਣਾ ਮੈਂ ਸਾਢੇ 6 ਆਜੋ ਸਾਢੇ 6 ਆ ਕੇ ਤੁਹਾਡੇ ਘਰੇ ਆਟਾ ਦਾਲ ਜਿਹੜੇ ਆ ਉਹ ਆ ਕੇ ਫੜਾ ਕੇ ਜਾਣਗੇ ਔਰ ਆਟਾ ਦਾਲ ਦੀ ਕੁਆਲਿਟੀ ਉਹੀ ਹੋਊਗੀ ਜਿਹੜੀ ਵੱਡੇ ਵੱਡੇ ਮੰਤਰੀ ਜਾ ਜਿਹੜੀ ਸਾਡੇ ਘਰੇ ਰੋਟੀ ਪੱਕਦੀ ਆ ਆਟਾ ਹੋਇਆ ਜੇ ਹੋਊਗਾ ਇਹ ਪਹਿਲਾਂ ਵਾਲਿਆਂ ਵਾਂਗੂ ਸੱਸਰੀਆਂ ਆਲਾ ਜਾਂ ਗਲੀ ਸੜੀ ਕਣਕ ਜਾਂ ਕੋਈ ਉਹ ਉਹ ਨਹੀਂ ਹੋਊਗਾ ਕਿ ਅਸੀਂ ਮਾਨਵਤਾ ਨੂੰ ਜਿਹੜਾ ਉਹ ਕੋਈ ਮਜ਼ਾਕ ਉਹ ਜਾਂ ਮਜ਼ਾਕ ਕਰੀਏ ਉਹ ਨਹੀਂ ਹੋਊਗਾ ਇਹ ਤੀਰਥ ਯਾਤਰਾ ਦੇ ਬਾਰੇ ਥੋੜਾ ਜਿਹਾ ਮੈਂ ਤੁਹਾਨੂੰ ਹਿਸਟਰੀ ਦੱਸ ਦਿੰਨਾ ਇਹ ਦਿੱਲੀ ਦੇ ਵਿੱਚ ਸ਼ੁਰੂ ਕੀਤੀ ਸੀ ਆਮਾਦੀ ਪਾਰਟੀ ਵੱਲੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਕਿਉਂਕਿ ਦਿੱਲੀ ਤੋਂ ਟ੍ਰੇਨਾਂ ਚੱਲਦੀਆਂ ਨੇ ਸੋ ਉੱਥੇ ਜ਼ਿਆਦਾ ਟ੍ਰੇਨਾਂ ਚੱਲਦੀਆਂ ਨੇ ਟ੍ਰੇਨਾਂ ਜਾਂਦੀਆਂ 1280 ਨੂੰ ਟ੍ਰੇਨਾਂ ਜਾਂਦੀਆਂ ਬ੍ਰਿੰਦਾਵਨ ਨੂੰ ਟ੍ਰੇਨਾਂ ਬਹੁਤ ਭਰ ਕੇ 1000 ਬੰਦਾ ਲਗਭਗ ਟ੍ਰੇਨਾਂ ਦੇ ਵਿੱਚ ਜਾਂਦਾ ਸੋ ਅਸੀਂ ਵੀ ਇੱਥੋਂ ਅੱਜ ਵਾਲੀ ਜਿਹੜੀ ਹੈ ਉਹ ਨਦੇੜ ਨਦੇੜ ਸਾਹਿਬ ਨੂੰ ਚਾਰ ਟ੍ਰੇਨਾਂ ਜਾਣ ਗਿਆ ਕੁਛ ਧੂਰੀ ਤੋਂ ਬਾਇਆ ਨਾਭਾ ਹੁੰਦੇ ਹੋਏ ਸ਼ੰਭੂ ਵਿੱਚ ਦੀ ਉਧਰ ਦੀ ਜਾਣ ਗਿਆ ਕੁਛ ਇੱਥੋਂ ਦੀ ਜਾਣ ਗਿਆ ਤਿੰਨ ਟ੍ਰੇਨਾਂ ਬਰਿੰਦਾਵਨ ਤਿੰਨ ਟ੍ਰੇਨਾਂ ਵਾਰਾਨਸੀ ਫਿਰ ਇੱਕ ਟ੍ਰੇਨ ਮਲੇਰ ਕੋਲਡੇ ਤੋਂ ਅਜਮੇਰ ਸ਼ਰੀਫ ਫਿਰ ਪਟਨਾ ਸਾਹਿਬ ਇਹ ਜਿਹੜੀਆਂ ਟ੍ਰੇਨਾਂ ਹੋਣਗੀਆਂ ਕਿਉਂਕਿ ਆਪਣੀਆਂ ਨੇ ਜਿੱਥੇ ਮਰਜ਼ੀ ਉਹਨਾਂ ਨੂੰ ਰੋਕ ਲਈਏ ਜਿੱਥੇ ਮਰਜ਼ੀ ਉਹਨਾਂ ਨੂੰ ਚਲਾ ਲਈਏ ਇਸੇ ਤਰ੍ਹਾਂ ਹੀ ਐਸੀ ਬਸਾਂ ਵੀ ਹੋਣਗੀਆਂ ਜਿਹੜੀਆਂ ਤੱਕ ਸ੍ਰੀ ਦਮਦਮਾ ਸਾਹਿਬ ਲੈ ਕੇ ਜਾਣ ਗਿਆ ਤੱਕ ਸ੍ਰੀ ਕੇਸਗੜ੍ਹ ਸਾਹਿਬ ਲੈ ਕੇ ਜਾਣ ਗਿਆ ਅਕਾਲ ਤਖਤ ਸਾਹਿਬ ਦੇ ਦਰਸ਼ਨ ਕਰਾਉਣਗੇ ਫਤਿਹਗੜ੍ਹ ਸਾਹਿਬ ਦਰਸ਼ਨ ਹੋਣਗੇ ਦੁੱਖਨਵਾਰਨ ਸਾਹਿਬ ਪਟਿਆਲਾ ਵੈਸ਼ਨੋਦੇਵੀ ਮਾਤਾ ਜੀ ਦੇ ਦਰਸ਼ਨ ਮਾਤਾ ਨੈਣਾ ਦੇਵੀ ਜੀ ਜਵਾਲਾ ਮਾਤਾ ਜਵਾਲਾ ਜੀ ਬਗਲਾ ਮੁਖੀ ਸਾਲ ਅਸਰ ਚਿੰਤਪੁਰਨੀ ਜਿੱਥੇ-ਜਿੱਥੇ ਵੀ ਜਿਹਦਾ ਮਨ ਕਰਦਾ ਜਾਣ ਨੂੰ ਕੋਈ ਇਹਦੇ ਵਿੱਚ ਫਾਰਮ 'ਚ ਅਸੀਂ ਇਹ ਨਹੀਂ ਲਿਖਦੇ ਕਿਉਂ ਚੱਲਿਓ ਜਾਂ ਕੌਣ ਹੋ ਜਾਂ ਜਾਤ ਪਾਤ ਕਿਉਂਕਿ ਉਸ ਉਸ ਗੁਰੂ ਦੇ ਨਾਂ ਤੇ ਅੱਜ ਸ਼ੁਰੂ ਕਰਨ ਲੱਗਿਆ ਜਿਹਨੇ ਜਾਤ ਪਾਤ ਖਤਮ ਕੀਤੀ ਸੀ ਜਿਹਨੇ ਕਿਹਾ ਸੀ ਮਾਨਸ ਮਾਨਸ ਦੀ ਜਾਤ ਸਭ ਇੱਕੋ ਪਹਿਚਾਨ ਬੋ ਸੋ ਜਿੱਥੇ ਤੁਹਾਡੇ ਨਾਲ ਤੁਹਾਡੇ ਬੱਚੇ ਜਾਣਾ ਚਾਹੁੰਦੇ ਨੇ ਜਾਓ ਇੱਕ ਟ੍ਰੇਨ ਚ ਨਹੀਂ ਬੱਸ ਮੌਕਾ ਮਿਲੇ ਅਗਲੀ ਚੱਲ ਜਿਓ ਸੋ ਉੱਥੇ ਜਾ ਕੇ ਰਹਿਣਾ ਉੱਥੇ ਰਹਿਣ ਦਾ ਵੀ ਬਹੁਤ ਵਧੀਆ ਪ੍ਰਬੰਧ ਆ ਹੁਣ ਜਿਹੜੀ ਟ੍ਰੇਨ ਜਾਊਗੀ ਉੱਥੇ ਬੱਸਾਂ ਦਾ ਪ੍ਰਬੰਧ ਹੈ ਉੱਥੇ ਸ਼ਾਨਦਾਰ ਬੱਸਾਂ ਜਿਹੜੀਆਂ ਨੇ ਉਹ ਤੁਹਾਨੂੰ ਸਾਰੇ ਗੁਰਦ ਗੁਰੂ ਘਰ ਸਾਹਿਬ ਦੇਖਾਉਣ ਗਿਆ ਹਜੂਰ ਸਾਹਿਬ ਦੇ ਜਿੰਨੇ ਵੀ ਬਾਹਰ ਜਾ ਕੇ ਥੋੜੇ ਜੇ ਸ਼ਹਿਰ ਤੋਂ ਬਾਹਰ ਜਾ ਕੇ ਵੀ ਗੁਰਦੁਆਰਾ ਸਾਹਿਬ ਨੇ ਉਹ ਸਾਰਿਆਂ ਦੇ ਦਰਸ਼ਨ ਕਰਾਉਣ ਗਿਆ ਤੇ ਤੁਹਾਨੂੰ ਰਹਿਣ ਵਾਸਤੇ ਵੀ ਬਹੁਤ ਸ਼ਾਨਦਾਰ ਹੋਟਲ ਉੱਥੇ ਕਿ ਬੁੱਕ ਕੀਤੇ ਜਾਣਗੇ ਕਮਰੇ ਬੁੱਕ ਕੀਤੇ ਜਾਣਗੇ ਤੇ ਤਾਂ ਕਿ ਤੁਹਾਨੂੰ ਇਹ ਲੱਗੇ ਕਿ ਹਾਂ ਪ੍ਰਮਾਤਮਾ ਨੇ ਇੱਕ ਮੌਕਾ ਦਿੱਤਾ ਦਰਸ਼ਨ ਕਰਨ ਦਾ ਤਾਂ ਉਹ ਉਹ ਤੁਸੀਂ ਉਹ ਮੌਕਾ ਜਿਹੜਾ ਉਹ ਤੁਹਾਡੇ ਹਿੱਸੇ ਆਵੇ ਸਾਡੀ ਵੀ ਇਹੀ ਮਨਸ਼ਾ ਹੈ ਸਾਡੀ ਵੀ ਇਹੀ ਮਨਸ਼ਾ ਹੈ ਕਿ ਕਿਉਂਕਿ ਪੰਜਾਬੀ ਆ ਸਾਡੀਆਂ ਬਹੁਤ ਸਾਰੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਔਰ ਅਸੀਂ ਇਕੱਠੇ ਰਹਿੰਦੇ ਆ ਅਸੀਂ ਬਹੁਤ ਸਾਰੇ ਧਰਮ ਜਿਹੜੇ ਪੰਜਾਬ ਦੇ ਵਿੱਚ ਨੇ ਅਸੀਂ ਇੱਕ ਦੂਜੇ ਦੇ ਤਿਹਾਰ ਮਨਾਉਂਦੇ ਆ ਅਸੀਂ ਇੱਕ ਦੂਜੇ ਦੇ ਗੁਰਪੁਰਬ ਮਨਾਉਂਦੇ ਆ ਅਸੀਂ ਇੱਕ ਦੂਜੇ ਦੇ ਦੀਵਾਲੀਆਂ ਦਸਹਿਰਾਂ ਚ ਸ਼ਾਮਲ ਹੁੰਦੇ ਆ ਖੁਸ਼ੀਆਂ ਚ ਸ਼ਾਮਲ ਹੁੰਦੇ ਆ ਮੈਂ ਬਹੁਤ ਵਾਰੀ ਕਿਹਾ ਹੈ ਮੈਂ ਅੱਜ ਵੀ ਕਹਿ ਦਿੰਨਾ ਕਿ ਪੰਜਾਬ ਦੀ ਧਰਤੀ ਇੰਨੀ ਜਰਖੇਜ਼ ਹੈ ਪੰਜਾਬ ਦੀ ਧਰਤੀ ਇੰਨੀ ਉਪਜਾਊ ਹੈ ਜੋ ਵੀ ਬੀਜਣਾ ਹੋਵੇ ਬੀਜ ਸੁੱਟ ਦਿਓ ਉੱਗ ਜੂਗਾ ਪਰ ਨਫ਼ਰਤ ਦਾ ਬੀਜ ਪੰਜਾਬ ਦੀ ਧਰਤੀ ਤੇ ਉੱਗ ਨਹੀਂ ਸਕਦਾ ਸਾਨੂੰ ਆਪਸ ਦੇ ਵਿੱਚ ਨਹੀਂ ਕੋਈ ਲੜਾ ਸਕਦਾ ਅਸੀਂ ਆਪਸ ਦੇ ਵਿੱਚ ਭਾਈਚਾਰਾ ਰਹਿਣੇ ਆਂ ਤੇ ਉਹ ਪਿੱਛੇ ਜੇ ਬਰਤੰਤ ਸਿੰਘ ਬਾਜਵਾ ਵੀ ਹਾਈ ਕੋਰਟ ਜਾ ਵੜੇ ਕਹਿੰਦੇ ਜੀ ਜਦੋਂ ਲਾਈਵ ਹੁੰਦਾ ਕੈਮਰਾ ਮੇਰੇ ਮੂੰਹ ਤੇ ਨਹੀਂ ਮਾਰਦੇ ਮੈਨੂੰ ਦਿਖਾਉਂਦੇ ਨਹੀਂ ਤਹਾਈ ਮਾਨਯੋਗ ਹਾਈ ਕੋਰਟ ਕਹਿੰਦੀ ਇਹੋ ਜਿਹਾ ਕਿਹੜਾ ਕੰਮ ਰਹਿ ਗਿਆ ਜਿਹੜਾ ਤੇਰਾ ਦਿਖਾਇਆ ਨਹੀਂ ਇਹੋ ਜਿਹਾ ਕਿਹੜਾ ਕੰਮ ਕਰਤਾ ਤਾਂ ਜਿਹੜਾ ਦਿਖਾਇਆ ਨਹੀਂ ਮੈਂ ਅਸੀਂ ਕਿਹਾ ਸਾਡੇ ਵਕੀਲ ਨੂੰ ਮੈਂ ਵੀ ਕਿਹਾ ਮੈਂ ਕਿਹਾ ਜੀ ਕਦੇ ਉਹਨਾਂ ਨੂੰ ਕਿ ਖੜਦੇ ਤਾਂ ਹੈ ਨਹੀਂ ਜਦੋਂ ਮੈਂ ਉਹਨਾਂ ਤੋਂ 2 ਮਿੰਟਾਂ ਚ ਮੁਰਦਾਬਾਜ ਜਿੰਦਾਬਾਜ ਕਰਕੇ ਬਾਹਰ ਚਲੇ ਜਾਂਦੇ ਹੁਣ ਖਾਲੀ ਕੁਰਸੀਆਂ ਦਿਖਾਈ ਜਾਈਏ ਉੱਥੇ ਜੇ ਕੁਝ ਬੋਲੋਗੇ ਤਾਂ ਹੀਉਂ ਦਿਖਾਵਾਂਗੇ ਕੁਝ ਬੋਲੋ ਤਾਂ ਸਹੀ ਪਰ ਬੋਲਣ ਕਿਵੇਂ ਬੋਲਣ ਨੂੰ ਹੈ ਹੀ ਕੁਝ ਨਹੀਂ ਬੋਲਣ ਨੂੰ ਹੈ ਹੀ ਕੱਖ ਨਹੀਂ ਸੋ ਨੌਕਰੀਆਂ ਬਾਰੇ ਬੋਲਣਗੇ ਆ 37768 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਔਰ ਨੌਕਰੀਆਂ ਤੁਹਾਡੇ ਪਿੰਡਾਂ ਚ ਵੀ ਮਿਲੀਆਂ ਹੋਣਗੀਆਂ ਬਹੁਤ ਸਾਰੇ ਤੁਹਾਡੇ ਧੀਆ ਪੁੱਤ ਪਟਵਾਰੀ ਲੱਗੇ ਹੋਣਗੇ ਕੋਈ ਐਸ ਡੀਓ ਬਣਿਆ ਹੋਊਗਾ ਕੋਈ ਸਬ ਇਨਸਪੈਕਟਰ ਬਣਿਆ ਹੋਊਗਾ ਪਿੰਡਾਂ ਦੇ ਵਿੱਚ ਹੁਣ ਨੌਕਰੀਆਂ ਦਾ ਮੁਕਾਬਲਾ ਚੱਲ ਪਿਆ ਕਿ ਤੁਹਾਡੇ ਪਿੰਡ ਕਿੰਨੇ ਮੁਲਾਜ਼ਮ ਹੋਗੇ ਸਾਡੇ ਪਿੰਡ ਕਿੰਨੇ ਮੁਲਾਜ਼ਮ ਹੋਗੇ ਆ ਮੁਕਾਬਲੇ ਚੱਲ ਪਏ ਔਰ 298000 ਦੇ ਨਜ਼ਦੀਕ ਕਰੀਬ ਪ੍ਰਾਈਵੇਟ ਸੈਕਟਰ ਦੇ ਵਿੱਚ ਨੌਕਰੀਆਂ ਪੈਦਾ ਹੋ ਰਹੀਆਂ ਨੇ ਹੁਣ ਤੱਕ ਲਗਭਗ 58000 ਕਰੋੜ ਦੀਆਂ ਕੰਪਨੀਆਂ ਜਿਹੜੀਆਂ ਨੇ ਉਹ ਇੱਥੇ ਆ ਗਈਆਂ ਟਾਟਾ ਸਟੀਲ ਆ ਗਈ ਵੱਡੀਆਂ-ਵੱਡੀਆਂ ਕੰਪਨੀਆਂ ਜਿਹੜੀਆਂ ਦੋ ਜਰਮਨੀ ਦੀਆਂ ਕੰਪਨੀਆਂ ਨੇ ਦੋ ਹਾਲੈਂਡ ਦੀਆਂ ਕੰਪਨੀਆਂ ਨੇ ਵਿਦੇਸ਼ੀ ਕੰਪਨੀਆਂ ਇੱਥੇ ਆ ਰਹੀਆਂ ਨੇ ਉਥੇ ਆਪਣੇ ਧੀਆਂ ਪੁੱਤਾਂ ਨੂੰ ਕੰਮ ਮਿਲੂਗਾ ਔਰ ਡਿਗਰੀ ਮੁਤਾਬਕ ਕੰਮ ਮਿਲੂਗਾ ਜਿਹੜੀ ਉਹਨਾਂ ਕੋਲ ਡਿਗਰੀ ਹੈ ਔਰ ਜਿਹੜੀਆਂ ਵੀ ਨੌਕਰੀਆਂ ਮਿਲੀਆਂ ਨੇ ਇੱਕ ਬੰਦਾ ਹੱਥ ਖੜਾ ਕਰਕੇ ਦੱਸ ਦੋ ਕਿ ਸਾਡੇ ਪਿੰਡ ਇੱਕ ਕੁੜੀ ਨੂੰ ਨੌਕਰੀ ਮਿਲ ਗਈ ਉਹਦੇ ਬਾਪੂ ਤੋਂ ਐਨੇ ਪੈਸੇ ਲੈ ਲੈ ਜਾ ਉਹਦੇ ਭਾਈ ਨੇ ਇੰਨੀ ਜ਼ਮੀਨ ਵੇਚਣੀ ਪਈ ਤਾਂ ਨੌਕਰੀ ਮਿਲੀ ਐ ਅਸੀਂ ਨੰਬਰ ਜਦੋਂ ਆ ਗਏ ਨਾ ਪੇਪਰਾਂ 'ਚ ਅਸੀਂ ਇਹ ਨਹੀਂ ਦੇਖਦੇ ਕਿ ਇਹਦਾ ਬਾਪੂ ਕੀ ਕੰਮ ਕਰਦਾ ਹੈ ਜਾਂ ਇਹਦਾ ਬਾਪੂ ਕਿਹੜੀ ਪਾਰਟੀ 'ਚ ਹੈ ਅੱਜ ਸੁਖਵੀਰ ਬਾਦਲ ਪੁੱਛਦਾ ਸੀ ਕਿ ਮੈਨੂੰ ਦੱਸਿਓ ਕਿਹੜੇ ਕਿਹੜੇ ਮਹਿਕਮੇ 'ਚ ਨੌਕਰੀਆਂ ਮਿਲੀਆਂ ਨੇ ਮੈਂ ਕਿਹਾ ਬਾ ਮਾਈਕ 'ਮੈਂ ਬਾਅਦ 'ਚ ਦੱਸ ਦੂੰਗਾ ਪਹਿਲਾਂ ਆਪਣੇ ਅਕਾਲੀ ਦਲ ਦੇ ਕਈ ਪ੍ਰਧਾਨਾਂ ਨੂੰ ਪੁੱਛ ਲਾ ਉਹਨਾਂ ਦੇ ਪੋਤੇ-ਪੋਤੀ ਨੇ ਉਹ ਵੀ ਨੌਕਰੀਆਂ ਮਿਲ ਗਈਆਂ ਉਹਨਾਂ ਵਾਲਿਆਂ ਨੂੰ ਵੀ ਆਪਾਂ ਨੌਕਰੀਆਂ ਦੇ ਰਹੇ ਹਾਂ ਕਿਉਂਕਿ ਆਪਾਂ ਕੋਈ ਦਰਿਆਤ ਨਹੀਂ ਕਰਦੇ ਆਪਾਂ ਕੋਈ ਆਪਾਂ ਮੈਰਿਟ ਦੇ ਆਧਾਰ ਤੇ ਕੰਮ ਕਰਦੇ ਆ ਮੈਰਿਟ ਦੇ ਆਧਾਰ ਤੇ